ਇੱਕ ਖਬਰ ਲੈ ਕੇ ਦੋਸਤੋ ਐਡਮੰਟਨ ਸ਼ਹਿਰ ਤੋਂ ਤੁਹਾਡੇ ਲਈ حاضر ਹੋ ਰਿਹਾ ਆ ਸ਼ਾਰਦਾ ਦੇਵੀ ਨਾਇਡੂ ਇੱਕ 78 ਸਾਲਾਂ ਦੀ ਔਰਤ ਜੋ ਯੂਨੀਵਰਸਿਟੀ ਆਫ ਅਲਬਰਟਾ ਦੇ ਹਸਪਤਾਲ ਦੇ ਵਿੱਚ ਪੋਰਟਰ ਦਾ ਕੰਮ ਕਰਦੀ ਹੈ ਯਾਨੀ ਕਿ ਜਿਹੜੇ ਪੇਸ਼ੈਂਟ ਨੂੰ ਰੇੜੀ ਤੇ ਪਾ ਕੇ ਇੱਕ ਤੋਂ ਦੂਜੇ ਪਾਸੇ ਲੈ ਕੇ ਜਾਂਦੇ ਆ ਉਹਨੇ ਵਿਚਾਰੀ ਨੇ ਆਪਣੀ ਸ਼ਿਫਟ ਫਿਨਿਸ਼ ਕੀਤੀ ਸੀਗੀ ਤੇ ਫਿਨਿਸ਼ ਕਰਕੇ ਹਸਪਤਾਲ ਦੇ ਬਾਹਰ ਹੀ ਐਲ ਆਰਟੀ ਦਾ ਸਟੇਸ਼ਨ ਆ ਉੱਥੇ ਉਹ ਜਿਹੜਾ ਸ਼ੈਲਟਰ ਆ ਉਹਦੇ 'ਚ ਉਹ ਬੈਠੀ ਉਡੀਕ ਕਰ ਰਹੀ ਸੀ ਕਿ ਰੇਲ ਗੱਡੀ ਦੀ ਜਦ ਨੂੰ ਇੱਕ ਨੌਜਵਾਨ ਤੇ ਇੱਕ ਹੋਰ ਬੰਦਾ ਉੱਥੇ ਆ ਕੇ ਬਹਿ ਗਿਆ ਉਹ ਜਿਹੜਾ ਨੌਜਵਾਨ ਸੀ ਉਸ ਔਰਤ ਨੂੰ ਉਹਨੇ ਬੁਰਾ ਭਲਾ ਕਿਹਾ ਇਥੋਂ ਤੱਕ ਕਿ ਐਵੇਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨੇ ਉਹਨੂੰ ਕਿਹਾ ਵੀ ਬਾਈ ਗੱਲ ਸਣ ਪੇ ਤੂੰ ਮੈਨੂੰ ਐਵੇਂ ਖਾਮਖਾ ਬੌਦਰਨਾ ਕਰ ਉਹ ਉੱਠ ਕੇ ਉਹ ਸ਼ੈਲਟਰ ਤੋਂ ਬਾਹਰ ਜਾ ਕੇ ਖੜ ਗਈ ਮਤਲਬ ਪਲੇਟਫਾਰਮ ਦੇ ਉੱਤੇ ਤੇ ਹੋਇਆ ਕਿ ਜੀ ਉਹ ਜਦੋਂ ਪਲੇਟਫਾਰਮ ਦੇ ਉੱਤੇ ਖੜੀ ਐ ਤੇ ਉਸ ਵਿਅਕਤੀ ਨੇ ਪਿੱਛੋਂ ਆ ਕੇ ਉਹਨੂੰ ਧੱਕਾ ਦੇ ਦਿੱਤਾ ਧੱਕਾ ਦੇਣ ਨਾਲ ਕੀ ਹੋਇਆ ਕਿ ਉਹ ਪਲੇਟਫਾਰਮ ਤੋਂ ਥੱਲੇ ਡਿੱਗ ਪਈ ਔਰ ਉਹਦੇ ਕਹਿਣ ਮੁਤਾਬਕ ਤੇ ਮੈਨੂੰ ਇਦਾਂ ਲੱਗਾ ਵੀ ਮੇਰੇ ਬਈ ਅੱਜ ਜਾਨ ਗਈ ਕਿਉਂਕਿ ਜਦੋਂ ਥੱਲੇ ਡਿੱਗੀ ਐ ਤੇ ਉਹਦੀ ਲੱਤ ਟੁੱਟ ਗਈ ਤੇ ਉਧਰੋਂ ਜਿਹੜੀ ਸੀ ਰੇਲ ਗੱਡੀ ਉਹ ਆ ਰਹੀ ਸੀਗੀ ਐਲ ਆਰਟੀ ਜਿਹੜੀ ਸੀ ਅ ਉਹ ਲੱਕੀ ਹੈ ਇਸ ਗੱਲੋਂ ਰਹੀ ਜੀ ਕਿ ਜਿਹੜੀ ਰੇਲ ਗੱਡੀ ਆ ਉਹ ਦੂਰੋਂ ਹੀ ਦੇਖ ਕੇ ਉਹਨਾਂ ਸਟਾਪ ਕਰ ਲਈ ਯਾਨੀ ਕਿ ਉੱਥੇ ਤੱਕ ਗੱਲ ਨਹੀਂ ਬਣੀ ਪਰ ਉਹ ਕਹਿਣ ਲੱਗੀ ਕਿ ਮੈਨੂੰ ਤਾਂ ਇਦਾਂ ਲੱਗਾ ਪਿਆ ਅੱਜ ਮੇਰੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਗਈ। ਅ ਉਹ ਜਦੋਂ ਪਲੇਟਫਾਰਮ ਤੇ ਖੜੀ ਸੀ ਉਦੋਂ ਵੀ ਉਹਨੇ ਟੈਲੀਫੋਨ ਬਾਹਰ ਕੱਢਿਆ ਸੀ ਤਾਂ ਕਿ ਉਹ ਪੁਲਿਸ ਨੂੰ ਫੋਨ ਕਰ ਸਕੇ ਪਰ ਉਹ ਗੱਲ ਹੋਈ ਨਾ ਉਹਦੀ। ਬਾਅਦ ਦੇ ਵਿੱਚ ਜਦੋਂ ਉੱਥੇ ਰੇਲ ਗੱਡੀ ਪਹੁੰਚੀ ਆ ਤੇ ਉਹਨਾਂ ਨੇ ਜੀ ਕਾਲ ਕੀਤਾ ਤੇ ਉੱਥੇ ਐਮਰਜੈਂਸੀ ਵਾਲੇ ਆਏ। ਲੈ ਕੇ ਗਏ ਉਹਨੂੰ ਹਸਪੀਟਲ ਜਿਹੜਾ ਕ੍ਰੋਸ ਦੀ ਸਟਰੀਟ ਹੀ ਹੈਗਾ ਉੱਥੇ ਔਰ ਉਹਦੇ ਕਹਿਣ ਮੁਤਾਬਕ ਉਹ ਕਹਿੰਦੀ ਮੈਂ ਬਹੁਤ ਦੇਰ ਤੱਕ ਉੱਥੇ ਉਡੀਕ ਕੀਤੀ ਹੈ ਇਦਾਂ ਲੱਗਾ ਮੈਨੂੰ ਵੀ ਬਹੁਤ ਦੇਰ ਲੱਗੀ ਉਹਨਾਂ ਨੂੰ ਉੱਥੇ ਪਹੁੰਚਣ ਦੀ ਅ ਪਰ ਉਹਦੇ ਬਾਅਦ ਉਹਦਾ ਇਲਾਜ ਹੋਇਆ ਜੀ ਤੇ ਹੁਣ ਡਾਕਟਰ ਜਿਹੜੇ ਆ ਉਹ ਕਹਿ ਰਿਹਾ ਆ ਵੀ ਇਹ ਪੱਕਾ ਨਹੀਂ ਪਤਾ ਵੀ ਉਹ ਮੁੜ ਕੇ ਵਾਕ ਕਰ ਸਕੇਗੀ ਕਿ ਨਹੀਂ ਕਰ ਸਕੇਗੀ ਉਹਦੇ ਲਈ ਲੋਕਾਂ ਨੇ ਗੋ ਫੰਡਮੀ ਕਰਕੇ 10000 ਡਾਲਰ ਦਾ ਟਿਕਾ ਸੀ ਵੀ ਉਹਦੇ ਘਰ ਦੇ ਵਿੱਚ ਥੋੜੀਆਂ ਰੈਨੋਵੇਸ਼ਨ ਕਰ ਦਿੱਤੀਆਂ ਜਾਂ ਤਾਂ ਕਿ ਉਹ ਉਹਦੇ ਲਈ ਸੌਖਾ ਹੋ ਜਾਏ ਪਰ ਉਹ 10000 ਦਾ ਟਿਕਾ ਟੱਪ ਚੁੱਕੇ ਨੇ ਪਰ ਇਹਦੇ ਵਿੱਚ ਜਿਹੜੀ ਨਾ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹ ਆ ਕਿ ਸਿਟੀ ਆਫ ਐਰਮੈਂਟਨ ਦਾ ਪੂਰਾ ਜੋਰ ਲੱਗਾ ਹੈ ਕਿ ਲੋਕੀ ਪੈਂਡੈਮਿਕ ਤੋਂ ਬਾਅਦ ਹੁਣ ਜਿਹੜਾ ਟ੍ਰਾਂਜ਼ਿਟ ਸਿਸਟਮ ਹੈ ਉਹ ਦੁਬਾਰਾ ਯੂਜ਼ ਕਰਨਾ ਸ਼ੁਰੂ ਕਰਨ ਕਿ ਉਹ ਕੋਈ ਖਾਲੀ ਗੱਡੀਆਂ ਖਾਲੀ ਬੱਸਾਂ ਤੁਰੀਆਂ ਫਿਰਦੀਆਂ ਨੇ ਉਹ ਕਹਿੰਦੇ ਠੀਕ ਨਹੀਂ ਤੇ ਹੁਣ ਇਹ ਸ਼ਰਦਾ ਦੇਵੀ ਨਾਇਡੂ ਦਾ ਇਹ ਕਹਿਣਾ ਉਹ ਕਹਿੰਦੀ ਮੈਂ ਤਾਂ ਨਹੀਂ ਮੁੜ ਕੇ ਕਦੇ ਵੀ ਇਹ ਜਿਹੜੀ ਰੇਲ ਗੱਡੀ ਯੂਜ਼ ਕਰਦੀ ਉਹ ਕਹਿੰਦੀ ਵੀ ਪਹਿਲਾਂ ਵੀ ਕਈ ਵਾਰੀ ਸਵੇਰ ਨੂੰ ਤੁਸੀਂ ਰੇਲ ਗੱਡੀ ਤੇ ਆਉਂਦੇ ਹੋ ਤੇ ਲੋਕ ਉੱਥੇ ਪੁੱਠਾ ਸਿੱਧਾ ਬੋਲਦੇ ਆ ਤੁਹਾਨੂੰ ਮਤਲਬ ਉਹ ਕਹਿੰਦੀ ਸੇਫ ਨਹੀਂ ਮੈਂ ਮਹਿਸੂਸ ਕਰਦੀ ਸੋ ਲੱਗਦਾ ਹੈ ਕਿ ਸਿਟੀ ਲਈ ਇੱਕ ਹੋਰ ਚੈਲੰਜ ਹੁਣ ਇਹ ਬਣ ਗਿਆ ਕਿ ਲੋਕਾਂ ਦੀ ਸੇਫਟੀ ਦੇ ਲਈ ਉਹਨਾਂ ਨੂੰ ਏ ਜਿਹੜੀ ਮਤਲਬ ਰੇਲ ਗੱਡੀ ਆ ਉਹਦਾ ਸਫ਼ਰ ਜਿਹੜਾ ਐਡਮਿੰਟਨ ਸ਼ਹਿਰ ਵਿੱਚ ਉਹ ਸੁਰੱਖਿਆਤ ਬਣਾਉਣਾ ਪਏਗਾ ਚਾਹੇ ਉਥੇ ਸਿਕਿਉਰਿਟੀ ਵਾਲੇ ਹੋਣ ਜਾਂ ਦੀ ਪੁਲਿਸ ਹੋਵੇ ਔਰ ਨਾਈਡੂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੀ ਵੀ ਉਥੇ ਕਦੇ ਵੀ ਕੋਈ ਸਿਕਿਉਰਿਟੀ ਵਾਲੇ ਨਹੀਂ ਦੇਖੇਗਾ ਜੇ ਦਾ ਕਰਕੇ ਉਹ ਤਾਂ ਹੁਣ ਗਾਂ ਨੂੰ ਗੈਰੇ ਮਤਲਬ ਵੀ ਉਹ ਕਦੇ ਨਹੀਂ ਯੂਜ਼ ਕਰੇਗੀ ਜਿਹੜੀ ਕਿ ਇੱਕ ਮੰਦਭਾਗੀ ਗੱਲ ਹੈਗੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ